ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਲਈ ਇੱਕ ਨਵਾਂ ਜੋਬ ਨੋਟਿਸ ਲੈ ਕੇ ਆਇਆ। ਚਲੋ ਗੱਲ ਕਰਦੇ ਹਾਂ ਨੋਟੀਫਿਕੇਸ਼ਨ ਦੀ। ਡਾਇਰੈਕਟੋਰੇਟ ਆਫ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਹੇਠ ਲਿਖੇ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਰੈਗੂਲਰ ਟੀਚਿੰਗ ਅਸਾਮੀ ਭਰਨ ਹਿੱਤ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਲਾ ਸਾਹਿਬ ਤਰਨ ਤਾਰਨ, ਕੁਆਲੀਫਿਕੇਸ਼ਨ PhD, ਪ੍ਰੈਫਰਡ ਇਨ ਆਲ ਸਬਜੈਕਟ ਸਬਜੈਕਟ ਕੰਪਿਊਟਰ ਸਾਇੰਸ ਦੀਆਂ 3 ਪੋਸਟਾਂ ਨੇ ਜੀ। ਕਮਰਸ ਦੀਆਂ 2 ਨੇ, ਪੰਜਾਬੀ ਦੀਆਂ 4, ਡਿਪਲੋਮਾ ਇਨ ਸਟਿਚਿੰਗ ਐਂਡ ਟੇਲਰਿੰਗ ਦੀ 1 ਪੋਸਟ ਹੈ ਜੀ। ਗ੍ਰੇਡ, ਤਨਖਾਹ ਅਤੇ ਯੋਗਤਾਵਾਂ UGC ਜਾਂ ਪੰਜਾਬ ਸਰਕਾਰ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਿਯਮਾਂ ਅਨੁਸਾਰ ਹੋਣਗੀਆਂ। ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੇ ਉਮੀਦਵਾਰ ਉਪਤ ਅਸਾਮੀਆਂ ਲਈ ਅਰਜ਼ੀ ਫਾਰਮ ਵੈਬਸਾਈਟ www.dsgpc.org ਤੋਂ ਡਾਊਨਲੋਡ ਕਰਨ ਉਪਰੰਤ 15 ਦਿਨਾਂ ਦੇ ਅੰਦਰ ਮਿਤੀ 23 ਜਨਵਰੀ 2019 ਤੱਕ ਸਰਟੀਫਿਕੇਟਾਂ ਅਤੇ ਲੋੜੀਂਦੇ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਅਤੇ 500 ਰੁਪਏ ਦੇ ਬੈਂਕ ਡਰਾਫਟ, ਜੋ ਕਿ ਡਾਇਰੈਕਟਰ ਐਜੂਕੇਸ਼ਨ SGPC ਦੇ ਨਾਂ 'ਤੇ ਹੋਵੇ ਅਤੇ ਪਟਿਆਲਾ ਵਿਖੇ ਭੁਗਤਾਨ ਯੋਗ ਹੋਵੇ, ਰਜਿਸਟਰ ਡਾਕ ਸਪੀਡ ਪੋਸਟ ਰਾਹੀਂ ਡਾਇਰੈਕਟੋਰੇਟ ਆਫ ਐਜੂਕੇਸ਼ਨ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹਰਾ, ਇੰਸਟੀਟਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ, ਪਟਿਆਲਾ, ਪਿੰਨ ਕੋਡ 1470-21 ਵਿਖੇ ਭੇਜ ਸਕਦੇ ਹੋ। ਰਾਖਵਾਂਕਰਨ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਉਮੀਦਵਾਰ ਨੇ ਮੈਟ੍ਰਿਕ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ। ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ। ਪੋਸਟਾਂ ਦੀ ਗਿਣਤੀ ਘੱਟ ਵੱਧ ਹੋ ਸਕਦੀ ਹੈ। ਨਿਮਨ ਹਸਤਾਖਰੀ ਪਾਸ ਇੰਟਰਵਿਊ ਰੱਦ ਜਾਂ ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ। ਇਹਨਾਂ ਦੇ ਫੋਨ ਨੰਬਰ 7527-0-7300, 7527-0-7400। ਆ ਇਹਨਾਂ ਦਾ ਫਾਰਮ ਦੇ ਰੱਖਿਆ ਜੀ ਨੀਚੇ, ਤੁਸੀਂ ਦੇਖ ਸਕਦੇ ਹੋ। ਇਹ ਫਾਰਮ ਪੂਰਾ ਫਿਲ ਕਰਕੇ ਜੋ ਉੱਪਰ ਡਿਟੇਲ 'ਚ ਲਿਖਿਆ ਸੀ ਉਹਨਾਂ ਦੇ ਐਡਰੈਸ 'ਤੇ ਭੇਜ ਦੇਣਾ ਹੈ। ਦੋਸਤੋ, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਵੀਡੀਓ ਨੂੰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਮੇਰੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਥੈਂਕ ਯੂ।